शरीर सीगा इन्हें अपना शरीर वाला काम कर लिया। डायरेक्ट अप्रोच होती है सचखंड डायरेक्ट तो होती है अप्रोच हूँ अपना डायरेक्ट करता है डायरेक्ट बाणी उन्होंने होती है शेर ताही ले सतगुर ते नाम नाम की इन जी प्राप्ति होनी सतगुर तो होनी है आ जी प्राप्ति हुई है ज्ञान की प्राप्ति हुई है वो नाम जड़ा है वो तत् नाम है नाम तत् है तत् तत् वस्तु है नाम तत् सब ही सर जाप है ये उस तत् वस्तु का ज्ञान है ये तत् नहीं है ये तत् का ज्ञान होना होर गल है तत् होना होर गल पानी बारे कुछ दस्या होया दवाई बारे कुछ दस्या होया वो होर गल है भी भाई यह जहा पत्ता हो यह जी गोली हो यह जहा रंग हो इन्नी हो इन्ने की आऊ वो ज्ञान है दस्या दवाई का उन्हें लैके आनी है किसी चीज़ का ज्ञान होर गल होंदी है कोई वस्तु होर गल वो तत् नाम है नाम तत् सब ही सर वो हुक्म है नाम तत् सारे उत्ते है हुक्म मेरा नाम है दुख काल उस नाम तक है ज्ञान मेरा ये काल का दुख बनया रहा ये काल का दुख बनया रहा जो नाम ना मिले ਤਾਂ ਜੰਮੂ ਮਰੂ ਵਜੋਂ ਇੱਕ ਜਨਮ ਘੱਟੋ ਘੱਟ ਇੱਕ ਜਨਮ ਹੋਰ ਲਊ ਇੱਕ ਜਨਮ ਘੱਟੋ ਘੱਟ ਹੋਰ ਲਊ ਕਿਉਂ ਕਿਵੇਂ ਪਤਾ ਲੱਗਿਆ ਕਿਉਂਕਿ ਉੱਥੇ ਹੀ ਲਿਖਿਆ ਹੋਇਆ ਇੱਕ ਹੋਏ ਤਾਂ ਰੁੱਤੀ ਨੂੰ ਰੁੱਤ ਹੋਏ ਪਰ ਜੇ ਰੁੱਤ ਨਾ ਹੋਵੇ ਉੱਗਦਾ ਨਹੀਂ ਹੈ ਤਾਂ ਅਗਲੇ ਜਨਮ ਚੁੱਕੂਗਾ ਰੁੱਤ ਕਦ ਹੁੰਦੀ ਹੈ ਜਦ ਸੰਸਾਰ 'ਚ ਨਾਮ ਦੀ ਬਾਰਿਸ਼ ਹੁੰਦੀ ਹੈ ਨਾਮ ਪ੍ਰਗਟ ਹੁੰਦਾ ਉਸ ਰੁੱਤ ਵਿੱਚ ਫਿਰ ਉਗਦਾ ਜੰਮਦੇ ਨੂੰ ਨਾਮ ਮਿਲ ਜਾਂਦਾ ਉੱਗੇ ਉਹਦੇ ਉਹ ਫਿਰ ਉਸ ਵੇਲੇ ਉੱਗਦਾ ਦੁਬਾਰਾ ਜਨਮ ਜਨ ਲੈਂਦਾ ਜਦ ਇੱਥੇ ਨਾਮ ਪ੍ਰਗਟ ਹੁੰਦਾ ਜਨਮ ਨਹੀਂ ਲੈਂਦਾ ਹੋਰ ਉਹਨੇ ਕੀ ਕਰਨਾ ਜਨਮ ਲੈ ਕੇ ਜੇ ਰੁੱਤ ਨਾ ਹੋਵੇ ਤਾਂ ਸਤ ਸੰਤੋਖ ਦੇ ਵਿੱਚ ਹੀ ਰਹਿ ਜਾਂਦਾ ਸਾਬਤ ਸੂਰਤ ਰਹਿ ਜਾਂਦਾ ਉੱਗਦਾ ਨਹੀਂ ਬੀਜ ਪਿਆ ਧਰਤੀ 'ਚ ਬਾਰਿਸ਼ ਨਹੀਂ ਹੋਈ ਤਾਂ ਉੱਗਿਆ ਕਿਵੇਂ ਉੱਗਿਆ ਕਿਵੇਂ ਬੀਜ ਤਾਂ ਹੈ ਧਰਤੀ 'ਚ ਪਿਆ ਪਰ ਰੁੱਤ 'ਤੇ ਆ ਕੇ ਉੱਗੂ ਨਾ ਰੁੱਤੀ ਨੂੰ ਰੁੱਤ ਹੋਏ ਦਾ ਮਤਲਬ ਇਹ ਹੈ ਰੁੱਤ ਬਰਸਾਤ ਦੀ ਆਊਗੀ ਫਿਰ ਉੱਗੂਗਾ ਮੀਂਹ ਕੌਣ ਪਾਊਗਾ ਮੀਂਹ ਪਿਆ ਪਰਮੇਸ਼ਰ ਜਦ ਪਰਮੇਸ਼ਰ ਮੀਂਹ ਪਾਊਗਾ ਫਿਰ ਉਹ ਜਨਮ ਲਊਗਾ ਫਿਰ ਉਗੂਗਾ ਉਦੋਂ ਤੱਕ ਉਹਨੇ ਜਨਮ ਹੀ ਨਹੀਂ ਲੈਣਾ ਵੈਸੇ ਉਹਨੂੰ ਕੋਈ ਦੁੱਖ ਤਕਲੀਫ ਕੋਈ ਨਹੀਂ ਹੁੰਦੀ ਸੰਤੋਖੀ ਨੂੰ ਕਦੀ ਦੁੱਖ ਤਕਲੀਫ ਉਹਨੂੰ ਦੇਵ ਲੋਕ ਕਹਿੰਦੇ ਨੇ ਉਹ ਦੇਵ ਲੋਕ ਹੈ ਅਸਲ ਦੇਵ ਲੋਕ ਉਹੀ ਹੈ ਉਹਦੇ ਵਰਗਾ ਹੀ ਹੈ ਸਮਝ ਲਓ ਸੱਚਖੰਡ ਵਰਗਾ ਹੀ ਹੈ ਸਿਰਫ ਇੰਨਾ ਹੀ ਹੈ ਬੱਚਾ ਪੂਰਾ ਸਾਬਤ ਹੈ ਖੋਲ ਨਹੀਂ ਟੁੱਟਿਆ ਇੱਕ ਦਾ ਖੋਲ ਟੁੱਟ ਗਿਆ ਉਹ ਘੁੰਮਦਾ ਫਿਰਦਾ ਇੱਕ ਖੋਲ ਦੇ ਵਿੱਚ ਹੈ ਬਸ ਸਾਬਤ ਉਹ ਵੀ ਹੈ ਜਿਉਂਦਾ ਸਭ ਕੁਛ ਹੈ ਖੋਲ ਉਹਦਾ ਟੁੱਟਿਆ ਨਹੀਂ ਖੋਲ ਟੁੱਟਿਆ ਨਹੀਂ ਤਾਂ ਬਾਹਰ ਤੁਰ ਫਿਰ ਨਹੀਂ ਸਕਦਾ ਇੰਨਾ ਹੀ ਫਰਕ ਆ ਗੋਲਾ ਗਿਆਨ ਦਾ ਫਟ ਚੱਲਿਆ ਨਹੀਂ ਇੰਨਾ ਹੀ ਫਰਕ ਆ ਹੋਰ ਕੀ ਜੇ ਬੀਜ ਉੱਗਦਾ ਬੀਜ ਤਾਂ ਹੈ ਜੇਤੇ ਦਾਣੇ ਅੰਨ ਕੇ ਪਰ ਉਹ ਉਹਨਾਂ ਜਦੋਂ ਉਹਨੂੰ ਸੰਸਾਰ ਨਹੀਂ ਦਿੰਦਾ ਉਹਨਾਂ ਕੋਲ ਜਾਂ ਉੱਗਦਾ ਫਿਰ ਹਰਾ ਭਰਾ ਫਿਰ ਹੋਰ ਚੀਜ਼ ਹੈ ਜਿੰਨਾ ਚਿਰ ਬੀਜ ਵਿੱਚ ਹੈ ਉਹਨਾਂ ਚਿਰ ਬੀਜ ਹੈ ਕੋਈ ਨਹੀਂ ਦਿੰਦਾ ਕੁਛ ਨਹੀਂ ਬਾਹਰ ਉਹਨੂੰ ਦੋਹਾਂ ਦਾ ਫਰਕ ਵੀ ਹੈ ਹੁਣ ਦੇਖਣਾ ਹਰੇਕ ਚਾਹੁੰਦਾ ਕੁਛ ਬਾਹਰ ਉਹ ਵੀ ਆਉਣਾ ਚਾਹੁੰਦਾ ਉਹ ਅੰਡੇ ਦੇ ਵਿੱਚ ਹੈ ਸਬੂਤ ਹੈ ਬਿਲਕੁਲ ਪੂਰਾ ਬਣਿਆ ਹੋਇਆ ਕੁਛ ਵੀ ਕੰਮ ਨਹੀਂ ਕਮੀ ਨਹੀਂ ਉਹਦਾ ਕੋਈ ਖੋਲ ਤੋੜਨ ਵਾਲਾ ਨਹੀਂ ਮਿਲਿਆ ਗਾਹ ਖੋਲ ਤੋੜਨ ਵਾਲੀ ਇੱਕ ਮਤ ਹੈ ਸਿਰਫ ਇੱਕ ਮਤ ਆ ਗੁਰਮਤ ਖੋਲ ਨਹੀਂ ਟੁੱਟਦਾ ਕਿਸੇ ਤੋਂ
ਜਿਹੜਾ ਭਰਮ ਦਾ ਖੋਲ ਉੱਤੋਂ ਲੈ ਕੇ ਆਇਆ ਪਹਿਲਾਂ, ਮੈਂ ਮਹਿਦੂਦ ਲਿਖਾਇਆ ਖਸਮੇ ਕਿਰਦਾਰ ਜਾਇਆ ਜਾਦੇ 'ਚ ਮੈਂ ਪੈਦਾ ਹੋਈ ਸੀ, ਜਿਹੜਾ ਖੋਲ ਉਹਨਾਂ ਨੇ ਚਾੜ ਕੇ ਭੇਜਿਆ ਸੀ ਅਤੇ ਮਹਿਦੂਦ ਕਰਕੇ, ਉਹ ਖੋਲ ਉਸੇ ਹੁਕਮ ਨਾਲ ਟੁੱਟੂ ਜਿਹੜੇ ਹੁਕਮ ਨਾਲ ਖੋਲ ਬੰਦ ਹੋਇਆ ਸੀ। ਉਹੀ ਫੋਰਸ ਉਹ ਖੋਲ ਨੂੰ ਤੋੜੂ ਜਿਹੜੀ ਜਿਹੜੀ ਫੋਰਸ ਨੇ ਖੋਲ ਇਹਦੇ 'ਤੇ ਚਾੜਿਆ ਸੀ, ਹੋਰ ਫੋਰਸ ਕੋਈ ਨਹੀਂ ਤੋੜ ਸਕਦੀ ਉਸ ਖੋਲ। ਹੁਣ ਹੁਕਮਾਂ ਨੂੰ ਹੁਕਮਾਂ ਨਾਲ ਉਹਦਾ ਸੰਪਰਕ ਹੋਇਆ ਨਹੀਂ, ਖੋਲ ਉਹਦਾ ਟੁੱਟਿਆ ਨਹੀਂ, ਹੁਕਮਾਂ ਨੂੰ ਕਿਸੇ ਨੇ ਦੱਸਿਆ ਨਹੀਂ। ਇਹ ਅਵਸਥਾ ਕਿੱਥੇ ਤੱਕਦੀ ਹੈ ਫਿਰ? ਇਹ ਮੁਕਤੀ ਤੱਕ ਦੀ ਅਵਸਥਾ। ਜਿਹੜੇ ਲੋਕ ਮੁਕਤੀ ਦੀ ਗੱਲ ਕਰਦੇ ਨੇ, ਮੁਕਤ ਤਾਂ ਹੋ ਗਿਆ ਪਰ ਮੁਕਤ ਹੋਇਆ ਵੀ ਨਹੀਂ, ਸੰਸਾਰ ਤੋਂ ਮੁਕਤ ਹੋ ਗਿਆ ਭਰਮ ਤੋਂ ਮੁਕਤ ਨਹੀਂ ਹੋਇਆ। ਇੱਕ ਦੀਵਾਰ ਟੁੱਟ ਗਈ ਕੂੜ ਦੀ, ਇੱਕ ਦਾ ਦੀਵਾਰ ਟੁੱਟ ਗਈ ਕੂੜ ਦੀ, ਇੱਕ ਦੂਜੀ ਦੀਵਾਰ ਰਹਿੰਦੀ ਹੈ ਭਰਮ ਦਾ ਕੋਟ ਨਹੀਂ ਹੈ ਜੋ ਟੁੱਟਿਆ। ਹਾਂ, ਭਰਮ ਦਾ ਗੜ ਨਹੀਂ ਟੁੱਟਿਆ ਉਹਦਾ, ਦੋ ਵਾਰ ਕੋਟ ਹੈ ਨਾ, ਤੇਈ ਵਾਰ ਖਾਈ ਹੈ ਨਾ, ਦੋ ਖਾਈਆਂ ਭਰ ਗਈਆਂ ਉਹਦੀਆਂ, ਦੋ ਖਾਈਆਂ ਤਾਂ ਭਰ ਗਈਆਂ, ਪਰ ਭਰਮ ਦੇ ਪਰਲੀ ਖਾਈ ਰਹਿੰਦੀ ਹੈ। ਭਰਮ ਦਾ ਘਰ ਟੁੱਟੂਗਾ, ਉਹ ਖਾਈ ਪਰਲੀ ਭਰੂਗੀ, ਤਾਂ ਇੱਕ ਹੋਊਗਾ। ਦੁਆ ਵਾਰ ਕੋਟ ਔਰ ਤੇਈ ਵਾਰ ਖਾਈ ਕਬੀਰ ਤਾਂ ਕਹਿੰਦਾ। ਕੂੜ ਦੇ ਕਹਿੰਦੇ ਸਰੀਰ ਵਾਲੀ ਤਾਂ ਟੁੱਟ ਗਈ, ਸਰੀਰ ਦੀ ਮਾਨਤਾ ਤਾਂ ਛੱਡਤੀ ਉਹਨੇ, ਮਾਇਆ ਦੀ ਤਾਂ ਉਹਨੂੰ ਸਮਝ ਆ ਗਈ, ਇੱਥੋਂ ਤਾਂ ਕਹਾਂ ਲੰਘ ਗਿਆ। ਪਰ ਜੋ ਭਰਮ ਵਾਲਾ ਗੜ ਨਹੀਂ ਟੁੱਟਿਆ, ਹੋ ਮੇਰੀ ਜੋ ਗਈ ਪੂਰੀ। ਜਦ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਂਠੇ ਰਹਿਤਾ, ਜਦ ਹਿਰਦਾ ਦੇਹ ਨਾ ਹੋਤੀ, ਜਦੋਂ ਹਿਰਦਾ ਔਰ ਦੇਹ ਦੋਏ ਨਹੀਂ ਹੁੰਦੀਆਂ, ਹਿਰਦਾ ਅੰਦਰਲੀ ਦੇਹੀ ਹੈ, ਆਹ ਜਿਹੜਾ ਸਰੀਰ ਹੈ ਬਾਹਰਲੀ ਦੇਹੀ ਹੈ। ਜਦ ਬਾਹਰਲੀ ਦੇਹੀ ਮਿਲਦੀ ਹੈ ਹਿਰਦਾ ਜਦੋਂ ਵੀ ਪੈਦਾ ਹੁੰਦਾ, ਹਿਰਦਾ ਆ ਕੇ ਉੱਥੇ ਪੈਦਾ ਹੁੰਦਾ, ਹਿਰਦਾ ਗਰਭ 'ਚ ਆ ਕੇ ਪੈਦਾ ਹੁੰਦਾ। ਹਿਰਦੇ ਦਾ ਨਾਂ ਹੀ ਜਿਹੜਾ ਹੈਗਾ ਨਾ, ਹਿਰਦਾ ਕਰਕੇ ਹੀ ਜੁੜਦਾ ਸਰੀਰ ਨਾਲ। ਕੁਛ ਏਰੀਏ 'ਚ ਜੋਤ ਪੈਦਾ ਹੁੰਦੀ ਹੈ ਆਕਾਸ਼ 'ਚ, ਉਹ ਆਕਾਸ਼ ਇਹਦੇ ਸਰੀਰ 'ਚ ਵੀ ਹੈ, ਸਰੀਰ ਤੋਂ ਬਾਹਰ ਵੀ ਹੈ। ਉਹ ਜਿਹੜਾ ਆਕਾਸ਼ ਹੈ ਸਰੀਰ ਦੇ ਵਿੱਚ ਵੀ, ਸਰੀਰ ਉਸ ਜੋਤ ਵਿੱਚ ਐਂ ਕਹਿ ਲਓ, ਜਿਹੜਾ ਔਰਾ ਕਹਿੰਦੇ ਨੇ, ਔਰਾ ਸਰੀਰ ਦੇ ਬਾਹਰ ਹੁੰਦਾ ਕਹਿੰਦੇ ਨੇ ਨਾ, ਉਹ ਔਰਾ ਹੀ ਹਿਰਦਾ ਹੈ। ਜਿਹਨੂੰ ਔਰਾ ਕਹਿੰਦੇ ਨੇ ਨਾ, ਉਹੀ ਹੈ ਆਕਾਸ਼, ਉਹਦੇ ਵਿੱਚ ਸਰੀਰ ਹੈ। ਇਸ ਕਰਕੇ ਕਿਹਾ ਸੂਖਮ ਮੈਂ ਜਾਣੋ ਅਸੂਲ, ਸਰੀਰ ਅਸੂਲ ਸੂਖਮ ਦੇ ਵਿੱਚ ਹੈ, ਔਰਾ ਇਹਦੇ ਬਾਹਰ ਵੀ ਹੈ ਅਤੇ ਅੰਦਰ ਵੀ ਹੈ। ਸੂਖਮ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਅਸਥੂਲ ਦੇ ਵਿੱਚ, ਅਸਥੂਲ ਹੀ ਬੰਦ ਰਹੂਗਾ ਸੂਖਮ ਦੇ ਵਿੱਚ। ਜੇ ਔਰਾ ਬਾਹਰ ਨਾ ਹੋਵੇ ਇਹਦੇ, ਫਿਰ ਬ੍ਰਹਮ ਗਿਆਨੀ ਕਹੇ ਮਨ ਪ੍ਰਕਾਸ਼ ਜਾ ਇਹਦੇ ਧਰ ਉੱਪਰ ਆਕਾਸ਼, ਫਿਰ ਬਾਹਰ ਕਿਵੇਂ ਵਧੂਗਾ, ਬਾਹਰ ਕਿਵੇਂ ਵਧੂਗਾ? ਇੱਕ ਆਪਾਂ ਗਮਲਾ ਇੱਥੇ ਲਾ ਤਾ, ਉੱਪਰ ਲੈਂਟਰ ਹੈ, ਬਾਹਰ ਨਿਕਲ ਕੇ ਦਾ ਗਮਲਾ ਕਿਵੇਂ, ਦਰੱਖਤ ਜਿੰਨਾ ਮਰਜ਼ੀ ਵਧਾਈ ਜਾਓ ਬਾਹਰ ਕਿਵੇਂ ਨਿਕਲ ਜੂਗਾ ਉਹ ਬਾਹਰ।